ਸਿਖੇਰਾ ਸਾਉ ਦਾ ਬਿਆਨ ਸੁਣਿਆ ਹੋਊਗਾ ਉਹਨਾਂ ਨੇ ਕਿਹਾ ਕਿ ਜਿਗਰੂ ਮੇਰੀ ਸਰਕਾਰ ਬਣ ਗਈ ਖੈਰੀ ਦੀ ਕਹਿੰਦੇ ਜਦੋਂ ਸਰਕਾਰ ਬਣ ਗਈ ਤਾਂ ਜਿਹੜਾ ਪਰਚਾ ਕਹਿੰਦੇ ਮੇਰੇ ਤੇ ਹੋਇਆ ਸੀ ਉਹ ਹੀ ਪਰਚਾ ਕਹਿੰਦੇ ਮੈਂ ਸੀਐਮ ਭਗਵੰਤ ਮਾਨ ਤੇ ਕਰਵਾਇਆ ਨਾ ਤੇਰੀ ਸਰਕਾਰ ਬਣੇ ਕਦੇ ਹਨਾ ਤੇ ਨਾ ਹੀ ਕਦੇ ਤੇਰਾ ਇਹ ਸੁਪਨਾ ਉਹ ਪੂਰਾ ਹੋਵੇ ਸੁਖਪਾਲ ਸਿੰਘ ਖੈਰਾ ਕਹਿੰਦੇ ਆ ਵੀ ਮੈਂ ਤਾਂ ਜੀ 27 ਤੋਂ ਦੁਬਾਰਾ ਫਿਰ ਪਲਾਟ ਤੋਂ ਇਲੈਕਸ਼ਨ ਲੜਨੀ ਹੈ ਹਨਾ ਤਾਂ ਫਿਰ ਸੰਗਰੂਰ ਵਾਲੇ ਲੋਕ ਤੁਹਾਨੂੰ ਕਿਉਂ ਵੋਟ ਪਾਉਣਾ ਕਿਉਂ ਵੋਟ ਵੇਸਟ ਕਰਨਾ ਇਹ ਸਾਰੇ 1 ਜੂਨ ਤੱਕ ਇੱਥੇ ਆ ਬਠਿੰਡੋਂ ਜਾ ਕੇ ਪੁੱਛੋ ਕਿਸੇ ਪਿੰਡ ਚ ਖੈਰਾ ਸਾਹਿਬ ਦੁਆਰਾ ਗਏ ਆ 2014 ਦੇ ਵਿੱਚ ਇੱਕ ਹਨੇਰੀ ਚੁੱਲੀ ਸੀ 2 ਲੱਖ 22 ਹਜ਼ਾਰ ਦੇ ਲਗਭਗ ਲੀਡ ਸੀ 19 1 ਲੱਖ 10 ਹਜ਼ਾਰ ਦੀ ਸੀ ਐਦ ਕਿ ਕੀ ਲੱਗਦਾ ਤੁਹਾਨੂੰ ਕਿੰਨੀ ਲੀਡ ਮਜਤਰਈ ਮੈਂ ਵੀ ਮਾਨ ਸਾਹਿਬ ਦਾ ਰਿਕਾਰਡ ਤੋੜਾਂਗੇ 250 ਕਰੋੜ ਰੁਪਇਆ ਪਿਛਲੇ ਡੂੜ ਸਾਲ ਚ ਬਰਨਾਲੇ ਜਿਹੜਾ ਮੀਤ ਨੇ ਲਿਆ ਕੇ ਦਿੱਤਾ ਕਿਸੇ ਨੇ ਵੀ ਕਿਸੇ ਮਹਿਕਮੇ ਚ ਸਾਡੇ ਨਾਲੋਂ ਜ਼ਿਆਦਾ ਕੰਮ ਕੀਤਾ ਹੋਵੇ ਤਾਂ ਅਸੀਂ ਦੇਣਦਾਰਾਂ ਦਬਾਬੇ ਤੋਂ ਚੱਲ ਕੇ ਸੁਖਪਾਲ ਸਿੰਘ ਖਹਿਰਾ ਨੂੰ ਭੇਜਿਆ ਕਹਿੰਦੇ ਕਿਲਾ ਆਮ ਆਦਮੀ ਪਾਰਟੀ ਦਾ ਟਾਣਾ ਹੈਗਾ ਖਹਿਰਾ ਸਾਹਿਬ ਦਬਾਬੇ ਤੋਂ ਚੱਲ ਕੇ ਇੱਥੇ ਆਏ ਇਹਦੇ ਨੂੰ ਰੋਕਦਾ ਥੋੜੇ ਜਿੱਤੋਂ ਮਰਜੀਗਾ ਗਈ ਪਰ ਬਟਿੰਡੋ ਵੀ ਖਹਿਰਾ ਸਾਹਿਬ ਨੇ ਭਰੇ ਸੀਗੇ 2019 ਦੀਆਂ ਚੋਣਾਂ ਦੇ ਵਿੱਚ ਤੇ ਕਿੰਨੇ ਕੁ ਵੋਟਾਂ ਪਈਆਂ ਸੀ ਲੋਕ ਸਭਾ ਚੋਣਾਂ ਦੇ ਵਿੱਚ ਕੁਝ ਸਮਾਂ ਬਾਕੀ ਬਚਿਆ ਤੇ ਹਰ ਇੱਕ ਪਾਰਟੀ ਆਪੋ ਆਪਣੇ ਉਮੀਦਵਾਰ ਨੂੰ ਲੈ ਕੇ ਸਰਗਰਮ ਆ ਜੇਕਰ ਗੱਲ ਆਮ ਆਦਮੀ ਪਾਰਟੀ ਦੀ ਕਰੀਏ ਗੱਲ ਸੰਗਰੂਰ ਦੀ ਕਰੀਏ ਤਾਂ ਸੰਗਰੂਰ ਨੂੰ ਆਮ ਆਦਮੀ ਪਾਰਟੀ ਦੀ ਰਾਜਧਾਨੀ ਕਿਹਾ ਜਾਂਦਾ ਪਰ ਸੰਗਰੂਰ ਦੇ ਲੋਕਾਂ ਦਾ ਇਤਿਹਾਸ ਵੀ ਰਿਹਾ ਕਿ ਇੱਥੇ ਨਵੇਂ ਬੰਦੇ ਨੂੰ ਮੌਕਾ ਸੰਗਰੂਰ ਦੇ ਲੋਕ ਦਿੰਦੇ ਰਹੇ ਆ ਇਹ ਕਿਸੇ ਪਾਰਟੀ ਦੀ ਕਿਸੇ ਬੰਦੇ ਦੀ ਕਿਸੇ ਪਰਿਵਾਰ ਦੀ ਸੀਟ ਨਹੀਂ ਰਹੀ ਮੀਤ ਹੇਅਰ ਨੂੰ ਟਿਕਟ ਦਿੱਤੀ ਗਈ ਆ ਆਮ ਆਦਮੀ ਪਾਰਟੀ ਵੱਲੋਂ ਬਰਨਾਲੇ ਤੋਂ ਐਮ ਐਲ ਏ ਨੇ ਤੇ ਕੈਬਨਟ ਮੰਤਰੀ ਨੇ ਉਤਾਰਿਆ ਗਿਆ ਅមਲੀ ਪਾਰਟੀ ਵੱਲੋਂ ਜੋ ਮੈਦਾਨ ਦੇ ਵਿੱਚ ਮੀਥੇਰ ਸਾਹਿਬ ਸਾਡੇ ਨਾਲ ਮੌਜੂਦ ਰਹਿਣਗੇ ਗੱਲਬਾਤ ਕਰਾਂਗੇ ਕਿ ਸੰਗਰੂਰ ਦੀ ਹਵਾ ਕੀ ਕਹਿ ਰਹੀ ਆ ਕਿਉਂਕਿ ਸੰਗਰੂਰ ਦੇ ਲੋਕਾਂ ਦਾ ਇਤਿਹਾਸ ਆ ਕਿ ਇੱਥੇ ਕਿਸੇ ਇੱਕ ਪੱਕੇ ਬੰਦੇ ਦੀ ਸੀਟ ਨਹੀਂ ਤੇ ਹਮੇਸ਼ਾ ਨਵੇਂ ਬੰਦੇ ਨੂੰ ਮੌਕਾ ਸੰਗਰੂਰ ਦੇ ਲੋਕ ਦਿੰਦੇ ਰਹੇ ਆ ਤਾਂ ਹੇਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰਾਈਮੇਸ਼ੀਰ ਧੰਨਵਾਦ ਜੀ ਬਹੁਤ ਬਹੁਤ ਹੇਰ ਸਾਹਿਬ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸੰਗਰੂਰ ਤੋਂ ਤੁਸੀਂ ਇਲੈਕਸ਼ਨ ਲੜ ਰਹੇ ਹੋ ਤੇ ਸੰਗਰੂਰ ਤੁਹਾਡੀ ਰਾਜਧਾਨੀ ਵੀ ਆਮਦੀ ਪਾਰਟੀ ਦੀ ਤੇ ਸੰਗਰੂਰ ਦੇ ਲੋਕਾਂ ਦਾ ਇਤਿ ਚੁੰਦੇ ਰਹਿ ਜਾਂ ਸਰੂਰ ਦੇ ਲੋਕ ਕੀ ਲੱਗਦਾ ਹੈ ਕਿ ਤੁਸੀਂ ਹਲਕੇ ਚ ਜਾ ਰਹੇ ਹੋ ਦੇਖੋ ਫਿਰ ਪਾਰਲੀਮੈਂਟ ਤਾਂ ਮੈਂ ਪਹਿਲੀ ਵਾਰ ਹੀ ਲੜ ਰਿਹਾ ਤੇ ਬਤੌਰ ਪਾਰਲੀਮੈਂਟ ਮੈਂਬਰ ਤਾਂ ਮੈਂ ਨਵਾਂ ਹੀ ਆ ਤੇ ਲੋਕ ਮੈਨੂੰ ਲੱਗਦਾ ਮੈਨੂੰ ਚੁਣਨਗੇ ਜੀ ਲੱਗਦਾ ਕੀ ਹੈ ਇੱਕ ਪਾਸੇ ਦਬਾਬੇ ਤੋਂ ਚੱਲ ਕੇ ਸੁਖਪਾਲ ਸਿੰਘ ਖਹਿਰਾ ਨੂੰ ਭੇਜਿਆ ਕਹਿੰਦੇ ਕਿਲਾ ਆਮ ਆਦਮੀ ਪਾਰਟੀ ਦਾ ਟੋਣਾਗਾ ਖਹਿਰਾ ਸਾਹਿਬ ਦਬਾਬੇ ਤੋਂ ਚੱਲ ਕੇ ਇੱਥੇ ਆਏ ਚਲੋ ਅ ਚੱਲ ਕੇ ਤਾਂ ਕੋਈ ਕਿਤੋਂ ਵੀ ਆ ਸਕਦਾ ਹੈ ਹਨਾ ਉਹ ਆਉਣ ਦੇ ਨਾਲ ਵੋਟਾਂ ਥੋੜੀ ਪੈਂਦੀਆਂ ਥੋ ਮਿਤ ਸਿੰਘ ਸਾਹਿ ਜਿਹੜਾ ਹੁੰਦੇ ਸੀ ਉਹ ਇੰਦਰਾ ਗਾਂਧੀ ਦੇ ਉਲਟ ਜਾ ਕੇ ਜੀ ਇਲੈਕਸ਼ਨ ਜਿਹੜੀ ਹੈ ਤੁਸੀਂ ਤਾਂ ਜਾਣਦੇ ਹੋ ਆਪਣੇ ਇਲਾਕੇ ਦੇ ਹਨਾ ਲੜਦੇ ਸੀ ਇੱਥੇ ਗਰੂਕ ਦਾ ਥੋੜਿਆ ਜਿੱਤੋਂ ਮਰਜੀ ਕਾ ਗਈ ਪਰ ਦੋ ਬਠਿੰਡੋ ਵਿਖੇਰਾ ਸਾਹਿ ਨੇ ਭਰੇ ਸੀਗੇ 2019 ਦੀਆਂ ਚੋਣਾਂ ਦੇ ਵਿੱਚ ਤੇ ਕਿੰਨੀਆਂ ਕਿ ਵੋਟਾਂ ਪਈਆਂ ਸੀ ਹਨਾ ਉਹ ਇੱਥੇ ਹੁਣ ਮੈਨੂੰ ਇੱਕ ਕੋਈ ਤਰਕ ਦਿਓ ਵੀ ਸੰਗਰੂਰ ਦੇ ਲੋਕ ਵੋਟ ਕਿਉਂ ਪਾਉਣਗੇ ਲੀਡਰ ਤੁਸੀਂ ਨਰਾਜ਼ ਕਰ ਲਏ ਵਰਕਰ ਕਾਂਗਰਸ ਦੇ ਕਿਉਂ ਵੋਟ ਪਾਉਣਗੇ ਅੱਜ ਜਦੋਂ ਇੱਕ ਉਸਤਾ ਪਿੰਡਾਂ ਚ ਰਹਿੰਦੇ ਹੋ ਬੰਦਾ ਵੋਟ ਮੰਗਣ ਜਾਂਦਾ ਵਰਕਰ ਹਨਾ ਤਾਂ ਉੱਥੇ ਜਿਹੜੇ ਪਿੰਡ ਵਾਲੇ ਆ ਉਹ ਪੁੱਛਦੇ ਆ ਵੀ ਭਾਈ ਕਿਹਨੂੰ ਪਾਉਣੀ ਆ ਅਗਲਾ ਕਹਿੰਦਾ ਫਲਾਣੇ ਨੂੰ ਪਾਉਣੀ ਆ ਤਾਂ ਵਰਕਰ ਜਿਹੜਾ ਜ਼ਿੰਮੇਵਾਰੀ ਲੈਂਦਾ ਵੀ ਕੋਈ ਨਹੀਂ ਕੱਲ ਨੂੰ ਮੈਂ ਜ਼ਿੰਮੇਵਾਰ ਆ ਕੋਈ ਮਸਲਾ ਹੋਇਆ ਮੈਂ ਤੁਹਾਨੂੰ ਜਿਹੜਾ ਲੈ ਕੇ ਜਾਊਗਾ ਇਹ ਬੰਦਾ ਆਪਣਾ ਆ ਵੀ ਭਾਈ ਆਪਣੇ ਮਸਲੇ ਚੱਕੂਗਾ ਖੜੂਗਾ ਹੁਣ ਮੈਨੂੰ ਦੱਸੋ ਵੀ ਵਰਕਰ ਨੂੰ ਆਪ ਨੂੰ ਨਹੀਂ ਪਤਾ ਵੀ ਮੇਰਾ ਦੁਬਾਰਾ ਸੰਪਰਕ ਖੈਰਾ ਸਾਹਿਬ ਨਾਲ ਹੋਣਾ ਕਿ ਨਹੀਂ ਹੋਣਾ ਕਿਉਂਕਿ ਤੁਸੀਂ ਤਾਂ ਪਧੋੜਾਣ ਨੇ ਚੰਨੀ ਵਾਲਾ ਸਵਾਦ ਦੇਖਿਆ ਹੀ ਹੋਇਆ 2 ਸਾਲ ਤੋਂ ਬਾਅਦ ਮੁੜ ਕੇ ਚੰਨੀ ਸਾਹਿਬ ਕਦੇ ਆਏ ਹੈ ਤੇ ਖਿਆਉਣਾ ਖਹਿਰਾ ਸਾਹਿਬ ਨੇ ਵੀ ਇਹ ਸਾਰੇ 1 ਜੂਨ ਤੱਕ ਇੱਥੇ ਐ ਬਠਿੰਡੋਂ ਜਾ ਕੇ ਪੁੱਛੋ ਕਿਸੇ ਪਿੰਡ ਚ ਖਹਿਰਾ ਸਾਹਿਬ ਦੁਆਰਾ ਗਏ ਐ ਇਲੈਕਸ਼ਨ ਲੜ ਕੇ ਆਏ ਸੀ 2019 ਚ 5 ਸਾਲਾਂ ਚ ਕਦੇ ਗਏ ਐ ਆਉਣਾ ਇੱਥੇ ਵੀ ਨਹੀਂ ਇੱਥੇ ਜਿਹੜੇ ਐਵੇਂ ਵਿਚਾਰੇ ਵਰਕਰ ਨੇ ਜਿਹੜੇ ਉਹ ਬੜੇ ਸਮਝਦਾਰ ਨੇ ਹਨਾ ਉਹ ਸਾਰੇ ਕਾਂਗਰਸ ਦੇ ਵਰਕਰ ਵੀ ਹੁਣ ਮੈਨੂੰ ਆ ਮਿਲ ਵੀ ਰਿਹਾ ਪ੍ਰਿਵਾਇਲ ਜੀ ਤੁਸੀਂ ਆਪਣੇ ਸਾਡੇ ਇਲਾਕੇ ਦੇ ਹੋ ਹਨਾ ਅਸੀਂ ਤੁਹਾਡਾ ਕੰਮ ਕਰ ਵੀ ਦੇਖਿਆ ਪਿਛਲੇ 2 ਸਾਲਾਂ ਦੇ ਨਿੱਜੀ ਤੌਰ ਤੇ ਵੀ ਤੁਹਾਨੂੰ ਜਾਣਦੇ ਆ ਵੀ ਅਸੀਂ ਤਾਂ ਜੀ ਤੁਹਾਡੇ ਨਾਲ ਜੁੜਨਾ ਵੋਟਾਂ ਤੁਹਾਨੂੰ ਪਾਉਣੀਆਂ ਕਈ ਤਾਂ ਐ ਵੀ ਕਹਿੰਦੇ ਅਸੀਂ ਜੀ ਤੁਰੇ ਫਿਰਦੇ ਜਦਨ ਮਰਜੀ ਰਹੀਏ ਚਾਹੇ ਬੈਠੀਏ ਕਾਂਗਰਸ ਦੇ ਬੂਥਾਂ ਤੇ ਪਰ ਅਸੀਂ ਵੋਟਾਂ ਤੁਹਾਨੂੰ ਪਾਵਾਂਗੇ ਤੋਂ ਖੈਰਾ ਸਾਹਿਬ ਠੀਕ ਹੈ ਇਲੈਕਸ਼ਨ ਲੜ ਲੈਣਾ ਜੋ ਬਠਿੰਡੇ ਹੋਇਆ ਉਹ ਜ਼ਰੂਰ ਹੋਊਗਾ ਤੁਹਾਨੂੰ ਲੱਗਦਾ ਕਿ ਉਹ ਬਾਹਰੀ ਆ ਇਹ ਤੁਸੀਂ ਵੱਡਾ ਇਲੈਕਸ਼ਨ ਇਹ ਲੈ ਰਹੇ ਹੋ ਕਿ ਬਾਹਰੀ ਆ ਤੇ ਮੈਂ ਇਲਾਕੇ ਦਾ ਮੈਨੂੰ ਲੋਕ ਵੋਟਾਂ ਪਾਉਣਗੇ ਚਲੋ ਬਾਹਰੀ ਆਲਾ ਤਾਂ ਹੈ ਹੀ ਆ ਉਹ ਤਾਂ ਸਾਰਿਆਂ ਨੂੰ ਪਤਾ ਤੇ ਉਸ ਤੋਂ ਬ ਖਰਾ ਸਭ ਦੀ ਕੀ ਜਿਹੜੀ ਐ ਉਹ ਦੇਣਾ ਕੋਈ ਛਾਤੀ ਤੇ ਜ਼ੋਰ ਦੀ ਹੱਥ ਮਾਰਨ ਨਾਲ ਇਹ ਧੂੜੀ ਵੀ ਕੋਈ ਬੰਦਾ ਬਹੁਤ ਇਮਾਨਦਾਰ ਬਣ ਜਾਂਦਾ ਹੈ ਹਨਾ ਤੁਸੀਂ ਕੱਲੀ ਠੀਕ ਐ ਦੂਜਿਆਂ ਤੇ ਬਲੇਮ ਲਾਉਣ ਜਾਂਦੇ ਹੋ ਹਨਾ ਤਿਤਲੀ 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 ਖਰਾ ਸਭ ਕਰਦੇ ਰਹਿੰਦੇ ਆ ਨਾ ਤਿਤਲੀ ਡਾਕਟਰ ਦਿਤੀਆਂ ਤੇ ਜਦੋਂ ਤੁਹਾਨੂੰ ਲੈ ਕੇ ਟਰੈਕਟਰ ਦਿੱਤੀ ਸੀ ਕੋਈ ਕਹਿੰਦੇ ਆ ਕਿ ਪੰਜ ਕੈਬਨਟ ਮੰਤਰੀ ਤੈਨੂੰ ਤਿਤਲੀਆਂ ਐਦਾਂ ਡਾਇਲੋਗ ਮਾਰੀ ਤੈਨੂੰ ਤਿਤਲੀਆਂ ਜਦੋਂ ਤੁਹਾਨੂੰ ਕਾਂਗਰਸ ਚੋਂ ਲੈ ਕੇ ਟਿਕਟ ਦਿੱਤੀ ਸੀ ਜਦ ਅਜ ਚੱਬੇ ਵਾਲ ਨੂੰ ਦਿੱਤੀ ਤੁਹਾਨੂੰ ਵੀ ਦਿੱਤੀ ਤੁਸੀਂ ਤੁਸੀਂ ਵੀ ਤਾਂ ਫਿਰ ਤਿਤਲੀ ਸੀ ਨਾਲੇ ਚੱਬੇ ਵਾਲੇ ਤਾਂ ਕਾਂਗਰਸ ਚੋਂ ਕੱਲਾ ਆਮਾਦੀ ਪਾਰਟੀ ਚ ਆਇਆ ਤੁਸੀਂ ਜੰਮੇ ਗੱਲੀ ਦਲ ਚ ਫੇਰ ਕਾਂਗਰਸ ਚ ਫੇਰ ਆਮਾਦੀ ਪਾਰਟੀ ਚ ਫੇਰ ਬਣਾ ਲਿਓ ਪੰਜਾਬੀ ਇਕਤਾ ਪਾਰਟੀ ਤੇ ਵੱਡੀਆਂ-ਵੱਡੀਆਂ ਗੱਲਾਂ ਖੁਦਮੁਖਤਿਆਰੀ ਦੀਆਂ ਜੀ ਪੰਜਾਬ ਚ ਫੈਸਲੇ ਲਿਆ ਕਰਨੇ ਉਹ ਬੀਬੀ ਖਾਲੜਾ ਵਰਗੀਆਂ ਉਹਨਾਂ ਨੂੰ ਇਲੈਕਸ਼ਨ ਲੜਵਾਤਾ ਤੇ ਦੁਬਾਰਾ ਫੇਰ-ਫੇਰ ਤੁਸੀਂ ਕਾਂਗਰਸ ਆਵੜੇ ਸੋ ਲੋਕ ਸਟੇਬਿਲਟੀ ਪਾਲਦੇ ਆ ਤੁਸੀਂ ਕਿਹੜੀ ਥੋੜੀ ਵਿਚਾਰਤਾਰਾ ਤੇ ਲੋਕ ਯਕੀਨ ਕਰਨ ਵੀ ਤੁਸੀਂ ਕਦੇ ਤਾਂ ਕੋਈ ਵਿਚਾਰਤਾਰਾ ਤਾਰ ਹੋ ਜਾਂਦੀ ਹੈ ਕਦੇ ਕੋਈ ਛੇ ਤੁਸੀਂ ਜਿਹੜੀਆਂ ਪਾਰਟੀਆਂ ਉਹ ਹੁਣ ਤੱਕ ਜਿਹੜਾ ਬਦਲ ਚੁੱਕੇ ਹੋ ਸੋ ਜੇ ਲੋਕਲ ਬਾਹਰ ਵਾਲੀ ਗੱਲ ਛੱਡিয়ে ਵੀ ਉਹ ਤੋਂ ਬਿਨਾ ਵੀ ਜੇ ਦੇਖੀਏ ਲੋਕ ਘੱਟੋ ਘੱਟ ਸਟੇਬਿਲਟੀ ਦਾ ਚਾਹੁੰਦੇ ਆ ਨਾ ਲੋਕ ਕਿਉਂ ਜਿਹੜੇ ਆ ਸੰਗਰੂਰ ਦੇ ਜਿਹੜੇ ਲੋਕ ਨੇ ਉਹ ਵੋਟ ਪਾਉਣਗੇ ਜੀ ਸਿਮਰਜੀਤ ਸਿੰਘ ਮਾਨ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਪਹਿਲਾਂ ਤੁਹਾਡੀ ਜਦੋਂ ਸਰਕਾਰ ਸੀ ਉਦੋਂ ਵੀ ਉਹ ਜਮਨੀ ਚੋਣ ਜਿੱਤੇ ਆ ਬਹੁਤ ਘੱਟ ਬੋਟਾਂ ਦੇ ਫਰਕ ਨਾਲ ਭਾਵੇਂ ਜਿੱਤੇ ਪਰ ਉਹ ਜਿੱਤੇ ਆ ਕੀ ਲੱਗਦਾ ਤੁਹਾਨੂੰ ਸਿਮਰਜੀਤ ਸਿੰਘ ਮਾਨ ਕਿੰਨਾ ਕੁ ਪ੍ਰਭਾਵ ਤੁਹਾਨੂੰ ਕਰਨਗੇ ਦੇਖੋ ਸਿਮਰਜੀਤ ਸਿੰਘ ਮਾਨ 2 ਸਾਲ ਤੋਂ ਮੈਂਬਰ ਪਾਰਲੀਮੈਂਟ ਨੇ ਜੀ ਉਹਨਾਂ ਦੀ ਮੈਨੂੰ ਦੱਸ ਦੋ ਪਿਛਲੇ 2 ਸਾਲ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਕੀ ਹੈ ਜਿਹੜੇ ਸਵਾਲ ਲੋਕ ਸਭਾ ਚ ਲਾਉਣੇ ਹੁੰਦੇ ਆ ਆ ਤਾਂ ਤੁਹਾਡੇ ਮੀਡੀਆ ਨੇ ਦਿਖਾਇਆ ਵੀ ਇੱਕ ਵੀ ਸਵਾਲ ਮਾਨ ਸਾਹਿਬ ਨੇ ਲੋਕ ਸਭਾ ਦੇ ਵਿੱਚ ਜਾ ਕੇ ਨਹੀਂ ਉਠਾਇਆ ਜੀ ਸਵਾਲ ਤੁਸੀਂ ਨਹੀਂ ਉਠਾ ਰਹੇ ਤੇ ਬਾਕੀ ਜਿਹੜੀ ਬਿਆਨਵਾਜੀ ਵੀ ਹੈ ਉਹ ਵੀ ਜਿਹੜੀ ਉਹਨਾਂ ਨੇ ਜਿੱਤਣ ਤੋਂ ਬਾਅਦ ਦਿੱਤੀ ਹੈ ਚਾਹੇ ਭਗ ਸਿੰਘ ਬਾਰੇ ਬਿਆਨ ਦਿੱਤਾ ਹੋਵੇ ਚਾਹੇ ਆਪਣੇ ਨਰਨਾਣਾ ਜੀ ਬਾਰੇ ਬਿਆਨ ਦਿੱਤਾ ਹੋਵੇ ਚਾਹੇ ਬੀਜੇਪੀ ਨੂੰ ਰਾਸ਼ਟਰਪਤੀ ਵਾਲੀ ਵੋਟ ਪਾਈ ਹੋਵੇ ਇਹ ਸਾਰੀਆਂ ਗੱਲਾਂ ਪਬਲਿਕ ਡੋਮੇਨ ਚ ਨੇ ਹੁਣ ਤੱਕ ਕਿਸਾਨ ਜਥੇਬੰਦੀਆਂ ਬਾਰੇ ਵੀ ਤੁਸੀਂ ਦੇਖ ਲਓ ਵੀ ਕੀ ਕੁਝ ਕਹਿ ਰਹੇ ਆ ਕਿਉਂ ਸੰਗਰੂਰ ਦੇ ਲੋਕ ਜਿਹੜੇ ਵੋਟ ਪਾਉਣਗੇ ਅੱਜ ਆਪਣੇ ਪਿੰਡਾਂ ਚ ਤੁਹਾਡੇ ਪਿੰਡ ਵੀ ਟੂਰਨਾਮੈਂਟ ਹੁੰਦਾ ਹੋਊਗਾ ਹਨਾ ਉੱਥੇ ਆਪਾਂ ਨੌਜਵਾਨ ਆਪਣੇ 박 ਸਿੰਘ ਦੇ ਫੋਟਾਂ ਦਿੰਦਾ ਜਿਹੜਾ ਚੀਫ ਗੈਸਟ ਆਉਂਦਾ ਦਿੰਦਾ ਕਿ ਨਹੀਂ ਦਿੰਦੇ ਅਸੀਂ ਸਾਰੇ ਨੌਜਵਾਨ ਆਈਡਲ ਮੰਨਦੇ ਆ ਅੱਜ ਕਿਸੇ ਗੁਜਰਾਤ ਚ ਵੀ ਆ ਪ੍ਰਚਾਰ ਕਰਨ ਜਾਵਾਂ ਉੱਥੇ ਵੀ ਜਦੋਂ ਸਟੇਜ ਤੇ ਬੁਲਾਉਂਦੇ ਆ ਕਹਿੰਦੇ ਆ 박 ਸਿੰਘ ਕੀ ਧਰਤੀ ਸੇ ਆਹ ਹੈ ਪੰਜਾਬ ਕੇ ਨੌਜਵਾਨ ਮੰਤਰੀ ਮਤਲਬ ਕਿ ਸਾਡੇ ਪੰਜਾਬੀਆਂ ਦਾ ਸਿਰ ਜੇ ਅੱਜ ਪੂਰੇ ਦੇਸ਼ ਪਰਚ ਕਹਿ ਲੋ ਵੀ ਉੱਚਾ ਚੁੱਕਿਆ ਜਾਂਦਾ ਸਾਡਾ ਵੀ ਉੱਥੇ ਰੌਂਕ ਟੇ ਖੜੇ ਹੋ ਜਾਂਦਾ ਵੀ ਸਾਨੂੰ ਇਸ ਕਹਿ ਕੇ ਬੁਲਾਇਆ ਜਾਂਦਾ ਭਗਤ ਸਿੰਘ ਦੀ ਧਰਤੀ ਤੋਂ ਆਇਆ ਉਹਨੂੰ ਤੁਸੀਂ ਕਹਿੰਦੇ ਹੋ ਹਤਬਾਦੀ ਹੈ ਜਿਹਦੀ ਕਹਿੰਦੇ ਉਹ ਗद्दार ਹੈ ਜਿਹਦੀ ਐਡੀ ਵੱਡੀ ਕੰਟਰੀਬਿਊਸ਼ਨ ਜਿਹਨੇ 23 ਸਾਲ ਦੀ ਉਮਰ ਚ ਆਪਦੀ ਜ਼ਿੰਦਗੀ ਬਾਰੇ ਸੋਚਿਆ ਸੋਚਿਆ ਵੀ ਮੇਰੇ ਦੇਸ਼ ਦੇ ਲੋਕ ਅਜਾਤ ਹਵਤਾਂ ਲੈਣਗੇ ਮਾਂ ਸੀ ਪਰਿਵਾਰ ਸੀ ਸਾਰਾ ਉਹਨਾਂ ਬਾਰੇ ਨੂੰ ਸੋਚਿਆ ਹਾਂ ਉਹਨਾਂ ਦਾ ਤੁਸੀਂ ਕਹਨੇ ਹੋ ਵੀ ਅੱਤਵਾਦੀ ਹੈ ਤੇ ਦੂਜੇ ਪਾਸੇ ਆਪ ਦਾ ਨਾਨਾ ਜੀ ਰੂਟ ਸਿੰਘ ਜੀਨੇ ਜਲ ਡਾਇਰ ਦੇ ਸਰੋਪਾਪਾ ਜੀ ਨੇ ਹਜ਼ਾਰਾਂ ਸਿੱਖਾਂ ਦਾ ਜਲਿਆਂ ਵਾਲੇ ਬਾਗ ਚ ਕਤਲ ਕੀਤਾ ਉਹਨੂੰ ਤੁਸੀਂ ਕਹਨੋ ਵੀ ਭਾਈ ਮੇਰੇ ਨਾਨੇ ਨੇ ਸਰੋਪਾ ਬਾਗ ਚ ਠੰਡਾ ਕੀਤਾ ਨਹੀਂ ਉਹਨੇ ਹੋਰ ਬਹੁਤ ਨੁਕਸਾਨ ਕਰ ਦੇਣਾ ਸੀ ਮੈਨੂੰ ਹੁਣ ਦੋਨੇ ਚੀਜ਼ਾਂ ਦਾ ਦੱਸੋ ਇਹਦੇ ਤੋਂ ਕੀ ਪਤਾ ਲੱਗਦਾ ਵੀ ਕਿਹੜੀ ਵਿਚਾਰਧਾਰਾ ਇੱਕ ਤਾਂ ਜਿਹੜਾ ਗੋਰੀਆਂ ਦੇ ਵਿਰੁੱਧ ਇੱਕ 23 ਸਾਲ ਦਾ ਨੌਜਵਾਨ ਲੜ ਰਿਹਾ ਸੀ ਜੀ ਫਸਦਾ ਹਸਦਾ ਫਾਂਸੀ ਦੇ ਫੰਦੇ ਤੇ ਚੜ ਗਿਆ ਬਚ ਵੀ ਸਕਦਾ ਸੀ ਪਰ ਉਹ ਕਹਿੰਦਾ ਵੀ ਅੱਜ ਮੇਰੀ ਭਗਤ ਸਿੰਘ ਆਜ਼ਾਦੀ ਦਾ ਪ੍ਰਤੀਕ ਬਣ ਚੁੱਕਿਆ ਹੈ ਹਨਾ ਅੱਜ ਜੇ ਮੈਂ ਬਚ ਗਿਆ ਤਾਂ ਹੋ ਸਕਦਾ ਕੋਈ ਮੇਰੇ ਚ ਕਮੀ ਪੇਛੀ ਹੋਵੇ ਸਾਹਮਣੇ ਅੱਜ ਪਰ ਜੇ ਮੈਂ ਹੱਸਦਾ ਹਸਦਾ ਫਾਂਸੀ ਦੇ ਫੰਦੇ ਤੇ ਚੜ ਗਿਆ ਤਾਂ ਦੇਸ਼ ਦੀਆਂ ਮਾਵਾਂ ਮਾਣ ਮਹਿਸੂਸ ਕਰਨਗੀਆਂ ਵੀ ਭਾਈ ਸਾਡੀ ਕੋਖੋ ਵੀ ਭਗਤ ਸਿੰਘ ਜੰਮੇ ਹਨਾ ਏਡੀ ਵੱਡੀ ਸੋਚ ਆਲਾ ਉਹਨਾਂ ਤਾਂ ਕਹਿੰਦੇ ਹੱਤਪਾਦੀ ਤੇ ਜਿਨੇ ਉਦੋਂ ਹਜ਼ਾਰਾਂ ਗੋਰੇ ਨੇ ਹਜ਼ਾਰਾਂ ਸਿੱਖਾਂ ਦਾ ਕਤਲ ਕਰਤਾ ਉਹਨੂੰ ਤੁਸੀਂ ਕਹਨੇ ਹੋ ਵੀ ਭਾਈ ਉਹ ਮੇਰੇ ਨਾਨੇ ਨੇ ਉਹਨੂੰ ਸਰੂਪਾ ਪਾ ਕੇ ਠੰਡਾ ਕੀਤਾ ਘੱਟੋ ਘੱਟ ਮਾਨ ਸਾਹਿਬ ਨੂੰ ਮਾਫੀ ਜਿਹੜੀ ਹੈ ਆਪਣੇ ਨਾਨਾ ਜੀ ਕਰਕੇ ਜਿਹੜੀ ਮੰਗ ਲੈਣੀ ਚਾਹੀਦੀ ਸੀ ਸੋ ਇਹ ਸਾਰੀਆਂ ਚੀਜ਼ਾਂ ਦੇਖ ਕੇ ਮੈਨੂੰ ਇਹ ਦੱਸੋ ਵੀ ਕਿਉਂ ਜਿਹੜਾ ਨੌਜਵਾਨ ਵਰਗ ਹੈ ਕਿਉਂ ਪੰਜਾਬ ਦੇ ਲੋਕ ਨੇ ਜਿਹੜੇ ਸੰਗਰੂਰ ਦੇ ਲੋਕ ਨੇ ਉਹ ਮਾਨ ਸਾਹਿਬ ਨੂੰ ਬੜਪੋਣਗੇ ਫਿਰ ਸਭ ਆਪਾਂ ਬਰਨਾਲੇ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਆ ਮੇਰਾ ਵੀ ਜ਼ਿਲ੍ਹਾ ਬਰਨਾਲਾ ਦਾ ਬਰਨਾਲੇ ਦੇ ਬਾਰੇ ਇੱਕ ਕਿਹਾ ਜਾਂਦਾ ਕਿ ਲੋਕ ਇੱਥੋਂ ਦੇ ਨਿਕ ਲਾਭੀ ਆ ਹਮੇਸ਼ਾ ਸਰਕਾਰ ਦੇ ਐਨਟੀ ਇੱਥੇ ਐਮ ਐਲ اے ਬਣਦੇ ਰਹੇ ਇਸ ਕਰਕੇ ਕਹਿੰਦੇ ਕੰਮ ਵੀ ਬਹੁਤ ਘੱਟ ਹੋਇਆ ਪਦੌੜ ਦੀ ਹੋਈ ਹੈ ਗੱਲ ਚਾਹੇ ਮਿਲਕਲਾਂ ਦੀ ਹੋਵੇ ਚਾਹੇ ਬਰਨਾਲੇ ਦੀ ਹੋਵੇ ਹੁਣ ਤੁਹਾਡੀ ਸਰਕਾਰ ਵੀ ਆ ਤੁਸੀਂ ਜੇਕਰ ਤੁਹਾਨੂੰ ਲੋਕ ਬਰਨਾਲੇ ਦੇ ਸੰਗਰੂਰ ਦੇ ਪਾਰਲੀਮੈਂਟ ਦੇ ਵਿੱਚ ਭੇਜਦੇ ਆ ਕੀ ਬਿਜ਼ਨਸ ਇਲਾਕੇ ਨੂੰ ਲੈ ਕੇ ਕਿਉਂਕਿ ਇੱਥੇ ਕਿਹਾ ਜਾਂਦਾ ਕਿ ਕੰਮ ਬਹੁਤ ਘੱਟ ਹੋਇਆ ਤੇ ਪਿਛਲੇ 2 ਸਾਲ ਤੋਂ ਜਦੋਂ ਦਾ ਮੀਤ ਮੰਤਰੀ ਬਣਿਆ ਕਿੰਨੇ ਮਹਿਕਮਿਆਂ ਦਾ ਭਾਂਗਾ ਜਿਹੜਾ ਫਿਰ ਇੰਨੇ ਸਾਲ ਦਾ ਕੱਢਿਆ ਉਸਤਾ ਜਾਣਦੋ ਨਾ ਵੀ ਆਪਣੇ ਇਲਾਕੇ 'ਚ ਕਦੇ ਨਹਿਰੀ ਮਹਿਕਮੇ ਦਾ ਪਿਛਲੇ 25 ਸਾਲਾਂ ਤੋਂ 25 ਲੱਖ ਰੁਪਏ ਵੀ ਨਹੀਂ ਆਇਆ ਹੋਣਾ 250 ਕਰੋੜ ਰੁਪਇਆ ਪਿਛਲੇ ਡੂੜ ਸਾਲ 'ਚ ਬਰਨਾਲੇ ਜਿਹੜਾ ਮੀਤ ਨੇ ਲਿਆ ਕੇ ਦਿੱਤਾ ਹੈ ਹਨਾ ਡਿਵੈਲਪਮੈਂਟ ਦੇ ਕੰਮਾਂ 'ਚ ਮਹੱਲਾ ਕਲੀਨਿਕ ਤੁਸੀਂ ਦੇਖੋ ਵੀ ਕਿੰਨੇ ਜਿਹੜੇ ਆਪਣੇ ਪਿੰਡਾਂ 'ਚ ਸ਼ਹਿਰ ਦੇ ਜਿਹੜੇ ਉਹਨਾਂ 'ਚ ਜਿਹੜੇ ਆ ਉਹ ਖੁੱਲੇ ਆ ਤੇ ਸਾਡੇ ਜੇ ਸਰਕਾਰ ਸੀ ਅੱਗੇ ਨੈਗਲੈਕਟਡ ਰਿਹਾ ਜ਼ਿਲ੍ਹਾ ਆ ਯੂਡੀਐਫ ਦਾ ਫੰਡ ਸੀਗਾ ਜਿਹਦੇ ਨਾਲ ਪੀਣ ਵਾਲੀਆਂ ਪਾਈਪਾਂ ਨੇ ਜਿਹੜੀਆਂ ਪਾਣੀ ਵਾਲੀਆਂ ਤੇ ਸੀਵਰੇਜ ਹਨਾ ਟੋਟਲ 234 ਕਰੋੜ ਰੁਪਈਆ ਸੀ ਪੰਜਾਬ ਦਾ ਜੇ ਮੀਤ ਮੰਤਰੀ ਸੀ ਭਾਈ ਜੋਰ ਸੀ 95 ਕਰੋੜ ਰੁਪਈਆ ਮੈਂ ਇਕੱਲੇ ਬਰਨਾਲੇ ਦੀ ਲੈ ਕੇ ਆਂਦਾ ਹਨਾ ਉਹ ਤਾਂ ਹੀ ਲੈ ਕੇ ਆਂਦਾ ਜੇ ਸਰਕਾਰ ਚ ਜੋਰ ਸੀ ਸੋ ਸਾਰਾ ਪੁਰਾਣਾ ਭਾਂਗਾ ਜਿਹੜਾ ਉਹ ਭਾਈ ਅੱਗੇ ਵੀ ਟਾਈਮ ਹੈ ਤੁਹਾਡਾ ਵਿਜ਼ਨ ਕੀ ਅੱਗੇ ਨਹੀਂ ਮੈਂ ਦੱਸਦਾ ਤੇ ਮੇਰੇ ਹਲਕੇ ਦੇ ਵਿੱਚ ਤੁਸੀਂ ਤਾਂ ਜਾਣੇ ਰਹਿੰਦੇ ਹੋ ਇੱਕ ਪਿੰਡ ਨੂੰ ਛੱਡ ਕੇ ਕੋਈ ਪਿੰਡ ਵੀ ਥਾਪਰ ਮਾਡਲ ਤੋਂ ਬਿਨਾ ਬਚਿਆ ਸਾਰੇ ਪਿੰਡਾਂ ਦੇ ਵਿੱਚ ਥਾਪਰ ਮਾਡਲ ਹੈ ਇੰਨੇ ਕੰਮ ਨੇ ਜਿਹੜੇ ਡਿਵੈਲਪਮੈਂਟ ਦੇ ਕੀਤੇ ਆ ਲਾਇਬ੍ਰੇਰੀਆਂ ਤਾਂ ਗਰਾਊਂਡ ਹਰੇਕ ਪਿੰਡ ਦੇ ਵਿੱਚ ਤਾਂ ਬਰਨਾਲੇ ਹਲਕੇ ਦੇ ਵਿੱਚ ਕੀਤੇ ਆ ਤੇ ਆਉਣ ਵਾਲੇ ਸਮੇਂ 'ਚ ਵੀ ਕਿਉਂਕਿ ਅਸੀਂ ਜਾਤਪਾਤੀ ਪੋਲਿਟਿਕਸ ਤਾਂ ਕਰਦੇ ਨਹੀਂ ਨਾ ਇਹ ਲੋਕਾਂ ਨੂੰ ਧਰਮਾਂ ਦੇ ਨਾਂ ਤੇ ਡਿਵੈਲਪਮੈਂਟ ਹੀ ਸਾਡਾ ਜਿਹੜਾ ਏਜੰਡਾ ਹੈਗਾ ਮੇਨ ਫੋਕਸ ਜਿਹੜਾ ਮੇਰਾ ਇਹਦੇ ਤੇ ਆ ਵੀ ਕਿਉਂਕਿ ਬਰਨਾਲਾ ਨਾ ਰੋਜ਼ਗਾਰ ਵਾਲੇ ਪਾਸੇੋਂ ਇੰਡਸਟਰੀ ਵਾਲੇ ਪਾਸੇੋਂ ਥੋੜਾ ਜਿਆਦਾ ਪਛੜ ਗਿਆ ਪਿਛਲੇ ਸਮੇਂ ਚ ਹਨ ਇੱਕ ਚਲੋ ਕਾਫੀ ਲਾ ਲੋ ਉਹਦੇ ਤੇ ਧਿਆਨ ਕੇਂਦਰਿਤ ਕਰਨ ਦੀ ਜਰੂਰਤ ਹੈ ਤੇ ਉਹਦੇ ਤੇ ਮੈਨੂੰ ਲੱਗਦਾ ਵੀ ਕੇਂਦਰ ਚ ਬੈਠ ਕੇ ਜਿਹੜਾ ਬੰਦਾ ਉਹ ਜ਼ਿਆਦਾ ਕਰ ਸਕਦਾ ਤੇ ਮੈਂ ਬਤੌਰ ਮੰਤਰੀ ਵੀ ਭਾਈ ਕੰਮ ਕੀਤਾ ਬਾਕੀ ਪੰਜਾਬ ਤਾਂ ਸਰਕਾਰ ਹੈਗੀ ਹੋਈ ਆ ਜਿਹੜਾ ਬਤੌਰ ਮੰਤਰੀ ਕੰਮ ਕੀਤਾ ਇਸ ਪੰਜਾਬ ਵਾਲੇ ਫੰਡ ਤਾਂ ਫਿਰ ਵੀ ਲੈ ਆਵਾਂਗੇ ਪਰ ਅੱਜ ਜ਼ਰੂਰਤ ਹੈ ਵੀ ਕੇਂਦਰ ਚ ਕੋਈ ਜਿਹੜਾ ਮਜ਼ਬੂਤ ਦਾਵੇਦਾਰ ਜਿਹੜਾ ਸੰਗਰੂਰ ਤੋਂ ਜਾਣਾ ਚਾਹੀਦਾ ਜਿਹੜਾ ਇੱਥੋਂ ਦਾ ਹੋਵੇ ਜਿਹਨੂੰ ਕਹ ਲੋ ਵੀ ਇੱਥੋਂ ਦਾ ਦਰਦ ਹੋਵੇ ਹਨਾ ਜਿਹਨੂੰ ਲੋਕ ਆਪਣਾ ਮਹਿਸੂਸ ਕਰਦੇ ਹੋਣ ਤੇ ਜਿਹੜਾ ਹਨਾ ਵੀ ਇੱਥੇ ਹੀ ਰਹੇ ਲੋਕਾਂ ਦੀਆਂ ਇੱਥੇ ਹੀ ਕਹ ਲੋ ਵੀ ਸਮੱਸਿਆਵਾਂ ਦਾ ਹੱਲ ਕਰੇ ਹਨਾ ਤੇ ਲੋਕ ਮੈਨੂੰ ਲੱਗਦਾ ਵੀ ਪਾਈ ਇਸ ਕਰਕੇ ਮੈਨੂੰ ਚੁਣਨਗੇ ਵੀ ਜਿਹੜੇ ਸਖਪਾਲ ਸਿੰਘ ਖਹਿਰਾ ਕਹ ਰਿਹਾ ਵੀ ਮੈਂ ਤਾਂ ਸਿਰਫ 27 ਤੱਕ ਇੱਥੇ ਆ 27 ਨੂੰ ਜਾ ਕੇ ਫਿਰ ਇਲੈਕਸ਼ਨ ਲੜਨੀ ਸਖਪਾਲ ਸਿੰਘ ਜੁੰਦਾ ਵੀ ਕਹਿੰਦੇ ਅਮਰਗੜ੍ਹ ਦੇ ਵਿੱਚ ਹਲਕਾ ਪੈਂਦਾ ਤੁਸੀਂ ਲੋਕਲ ਹੋ ਤੇ ਲੱਗਦਾ ਕੀ ਇਹਦਾ ਚੀਜ਼ ਦਾ ਬੈਨੀਫਿਟ ਤੁਹਾਨੂੰ ਮਿਲੂ ਤੇ ਜ਼ਰੂਰ ਮਿਲੂਗਾ ਜੀ ਹੁਣ ਮੈਂ ਇਹ ਹੀ ਕੱਲ ਆਂਦਾ ਵੀ ਜਿਹੜੇ ਸਖਪਾਲ ਸਿੰਘ ਖਹਿਰਾ ਕਹਿੰਦੇ ਆ ਵੀ ਮੈਤਾ ਜੀ 27 ਤੋਂ ਦੁਬਾਰਾ ਫਿਰ ਪਲਾਟੋ ਇਲੈਕਸ਼ਨ ਲੜਨੀ ਆ ਹਨਾ ਤਾਂ ਫਿਰ ਸੰਗਰੂਰ ਵਾਲੇ ਲੋਕ ਤੁਹਾਨੂੰ ਕਿਉਂ ਵੋਟ ਪਾਉਣਾ ਕਿਉਂ ਵੋਟ ਵੇਸਟ ਕਰਨ ਹਨਾ ਤੇ ਫਿਰ ਸਾਬ ਮੈਂ ਉਹੀ ਬਾਕੀ ਝੁੰਦਾ ਸਾਹਿਬ ਵੀ ਉਹਨਾਂ ਦਾ ਵੀ ਚਲੋ ਠੀਕ ਹੈ ਪੁਰਾਣਾ ਜ਼ਿਲ੍ਹਾ ਸੰਗਰੂਰ ਹੈ ਪਰ ਲੋਕ ਸਭਾ ਚ ਉਹਨਾਂ ਦਾ ਵੀ ਪਿੰਡ ਨਹੀਂ ਪੈਂਦਾ ਵੈਸੇ ਅਕਾਲੀ ਦਲ ਦਾ ਤਾਂ ਚਲੋ ਖੇਡਾ ਹੀ ਖਤਮ ਹੋਇਆ ਹੋਇਆ ਜਮਾਨਤ ਜਿਹੜੀ ਆ ਉਹ ਜਬ ਤੱਕ ਜਿਹੜੀ ਹੋਣੀ ਆ ਕੋਈ ਬਹੁਤਾ ਫਰਕ ਪੈਂਦਾ ਨਹੀਂ ਫਿਰ ਸਭ ਤੁਸੀਂ ਹਜੇ ਮਨਿਸਟਰ ਹੋ ਗਏ ਹੋ ਪਰ ਤੁਸੀਂ ਇਲੈਕਸ਼ਨ ਲੜ ਰਹੇ ਹੋ 올림픽 ਖੇਡਾਂ ਨੇੜੇ ਆ ਰਹੀਆਂ ਨੇ ਤੁਸੀਂ ਖੇਡ ਮੰਤਰੀ ਵੀ ਹੋ ਕੀ ਲੱਗਦਾ ਨੇੜੇ 올림픽 ਖੇਡਾਂ ਆ ਰਹੀਆਂ ਨੇ ਖਿਡਾਰੀਆਂ ਨੂੰ ਹਜੇ ਤੱਕ ਜਿਹੜਾ ਤੁਸੀਂ ਪੈਸੇ ਕਿਹਾ ਨਹੀਂ ਮਿਲੇ ਉਧਰ ਧਿਆਨ ਦਿੱਤਾ ਜਾਂਦਾ ਜਾਂ ਸਾਰਾ ਧਿਆਨ ਇਲੈਕਸ਼ਨ ਵਾਲੀ ਹੈ ਖਿਡਾਰੀਆਂ ਨੂੰ ਉਹ ਪਾਲਿਸੀ ਦਾ ਪਾਰਟ ਹੈ ਮੀਤ ਅੱਜ ਮੰਤਰੀ ਹੈ ਕੱਲ ਨੂੰ ਐਮਪੀ ਬਣ ਜਾਊਗਾ ਮੰਤਰੀ ਰਹਿਣਾ ਨਹੀਂ ਨਾ ਜੇ ਪ੍ਰਮਾਤਮਾ ਨੇ ਮੇਰ ਕੀਤੀ ਸੰਗਰੂਰ ਦੇ ਲੋਕਾਂ ਨੂੰ ਸਾਥ ਦਿੱਤਾ ਪਰ ਉਹ ਪਾਲਿਸੀ ਦਾ 파ਟ ਬਣ ਗਿਆ ਇੱਥੇ ਕੱਲ ਨੂੰ ਕੋਈ ਮੰਤਰੀ ਇਹ ਵੀ ਹੋਊਗਾ ਕਿ ਜਿੱਤ ਕੇ ਮੰਤਰੀਸ਼ਪ ਤੋਰ ਸੀ ਨਾ ਕੋਈ ਮੰਤਰੀ ਹੋਵੇ ਕਿਸੇ ਦੀ ਸਰਕਾਰ ਹੋਵੇ ਜਿਹੜੀ ਪਾਲਿਸੀ ਬਣ ਗਈ ਉਹਦੇ ਹਿਸਾਬ ਨਾਲ ਪੈਸੇ ਜਿਹੜੇ ਮਿਲਣੇ ਹੀ ਮਿਲਨੇ ਆ ਪਰ ਮੀਤ ਦਾ ਖੇਡ ਨਾਲ ਇੰਨਾ ਪਿਆਰ ਮੈਂ ਐਮਪੀ ਹੋਵਾਂ ਕੁਝ ਹੋਵਾਂ ਮੈਂ ਪੈਸੇ ਵੀ ਸਰਕਾਰ ਨੇ ਦੇਣੇ ਦੇਣੇ ਆ ਤੇ ਮੈਂ ਆਪ ਵੀ ਜਾਊਂਗਾ ਪੈਰਿਸ ਜਿਹੜਾ ਉੱਥੇ ਅਲੰਪਿਕ ਕਿੱਦਾਂ ਦੇਖਣ ਜਾਓਗੇ ਜਾਊਂਗਾ ਸਾਡੇ ਖਿਡਾਰੀਆਂ ਦੀ ਹੌਸਲਾ ਵਜਾਈ ਕਰਨ ਮੈਂ ਜਾਊਂਗਾ ਉੱਥੇ ਸਾਡੇ ਚਾਹੇ ਸਾਨੂੰ ਤਾਂ ਬਰਨਾਲੇ ਦੇ ਲਦਾਖਸ਼ ਦੀਪ ਪਹਿਲਾ ਓਲੰਪੀਨ ਆ ਜਿਹੜਾ ਅ ਓਲੰਪਿਕ ਦੇ ਵਿੱਚ ਜਾ ਰਿਹਾ ਸੋ ਮੈਂ ਹੌਸਲਾ ਵਜਾਈ ਕਰਨ ਲਈ ਸਾਡੇ ਪਲੇਅਰਾਂ ਦੀ ਅੱਪ ਜਾਊਂਗਾ ਫਿਰ ਸਭ ਕੀ ਲੱਗਦਾ ਤੁਹਾਨੂੰ ਬਹੁਤ ਥੋੜਾ ਜਿਹਾ ਸਮਾਂ ਬਚ ਗਿਆ ਕਾਫੀ ਸਰਗਰਮੀ ਹਰ ਇੱਕ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ ਮੁੱਦਿਆਂ ਦੀ ਗੱਲ ਕਰੀਏ ਤਾਂ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਜਾ ਰਹੇ ਹੋ ਕਿਉਂਕਿ ਹਮੇਸ਼ਾ ਮੁੱਦੇ ਬਹੁਤ ਘੱਟ ਅਡਰੈਸ ਕੀਤੇ ਜਾਂਦੇ ਆ ਬਹੁਤ ਘੱਟ ਮੁੱਦਿਆਂ ਦੀ ਗੱਲ ਹੁੰਦੀ ਆ ਸਿਰਫ ਇੱਕ ਦੂਜੇ ਦੇ ਅਲੀਗੇਸ਼ਨ ਤਾਂ ਲੱਗਦੇ ਹੀ ਆ ਪਰ ਤੁਸੀਂ ਨੌਜਵਾਨ ਨੂੰ ਚੰਗੀ ਤਰ੍ਹਾਂ ਸਮਝਦੇ ਹੋ ਰਾਜਨੀਤੀ ਨੂੰ ਕਿਹੜੇ ਮੁੱਦਿਆਂ ਨੂੰ ਮੁੱਖ ਤੱਕ ਰੱਖ ਕੇ ਜਿਹੜੇ ਇਲੈਕਸ਼ਨ ਲੜ ਰਹੇ ਹੋ ਮੁੱਦੇ ਤਾਂ ਅਸੀਂ ਜੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਵੀ ਭਾਈ ਕੰਮ ਦੀ ਰਾਜਨੀਤੀ ਕਰਨੀ ਆ ਤੇ ਅਸੀਂ ਕੰਮਾਂ ਨੂੰ ਲੈ ਕੇ ਲੋਕਾਂ ਜਾ ਰਹੇ ਆ ਅਸੀਂ ਨੌਕਰੀਆਂ ਨੂੰ ਲੈ ਕੇ ਜਾ ਰਹੇ ਆ 43000 ਦਿੱਤੀ ਆ 77 ਸਾਲ 43000 ਨੌਕਰੀ ਦਿੰਦੀ ਹੋਵੇ ਪਹਿਲੇ 2 ਸਾਲਾਂ ਚ ਤਾਂ ਮੈਂ ਹਰੇਕ ਸਾਥ ਚ ਕਹਿਣਾ ਭਾਈ ਸਾਨੂੰ ਵੋਟਾਂ ਨਾ ਪਾਓ ਉਹਨਾਂ ਨੂੰ ਪਾ ਦਿਓ ਤੁਸੀਂ ਚੈੱਕ ਕਰ ਲਓ ਵੀ ਪਹਿਲੇ 2 ਸਾਲਾਂ ਇੰਦਰ 4300 ਵੀ ਨਹੀਂ ਸੀ ਦਿੰਦੇ ਹੁੰਦੇ ਅਸੀਂ ਨਹਿਰੀ ਪਾਣੀ ਦੀ ਗੱਲ ਕਰਦੇ ਆ ਅਸੀਂ ਮੋਟਰਾਂ ਵਾਲੀ ਬਿਜਲੀ ਦੀ ਗੱਲ ਕਰਦੇ ਆ ਅਸੀਂ ਐਸਐਸਐਫ ਵਾਲੀਆਂ ਗੱਡੀਆਂ ਦੀ ਗੱਲ ਕਰਦੇ ਆ 14 ਟੋਲ ਪਲਾਜ਼ੇ ਪੰਜਾਬ ਚ ਬੰਦ ਕਰਾਏ ਆ ਉਹਨਾਂ ਦੀ ਗੱਲ ਕਰਦੇ ਆ ਪ੍ਰਾਈਵੇਟ ਥਲਮ ਖਰੀਦ ਕੇ ਸਰਕਾਰੀ ਕੀਤਾ ਉਹਨਾਂ ਦੀ ਗੱਲ ਕਰਦੇ ਆ ਮੁਹੱਲਾ ਕਲੀਨਿਕ ਪੰਜਾਬ ਚ ਅਸੀਂ ਬਣਾ ਰਹੇ ਆ ਸਕੂਲ ਆਫ ਐਮੀਨੈਂਸ ਪੰਜਾਬ ਚ ਅਸੀਂ ਬਣਾ ਰਹੇ ਆ ਸੋ ਸੈਂਕੜੇ ਕੰਮ ਨੇ ਜਿਹੜੇ ਸੂਬਾ ਸਰਕਾਰ ਨੇ ਕੀਤੇ ਆ ਤੇ ਕੱਲੇ ਕੰਮਾਂ ਦੇ ਸਿਰ ਤੇ ਜਾ ਰਹੇ ਆ ਅਸਤਾ ਕਹਿਣਿਆ ਲੋਕ ਕੰਪੈਰੀਸ਼ਨ ਕਰਨ ਪਿਛਲੇ 5 ਸਾਲਾਂਾਂ ਚ ਪਹਿਲੇ 2 ਸਾਲਾਂਾਂ ਚ ਕਾਂਗਰਸ ਨੇ ਕੀ ਕੀਤਾ ਉਦੋਂ ਪਹਿਲਾਂ 10 ਸਾਲ ਅਕਾਲੀ ਦਲ ਰਿਹਾ ਉਹਨਾਂ ਨੇ ਆਪਦੇ ਪਹਿਲੇ 2-2 ਸਾਲਾਂ ਚ ਕੀ ਕੀਤਾ ਉਦੋਂ ਪਹਿਲਾਂ ਫਿਰ ਕੈਪਟਨਸੀ 2007 ਤੱਕ ਉਹਨੇ ਪਹਿਲੇ 2 ਸਾਲਾਂ ਚ ਕੀ ਕੀਤਾ ਕਿਸੇ ਨੇ ਵੀ ਕਿਸੇ ਮਹਿਕਮੇ ਚ ਸਾਡੇ ਨਾਲੋਂ ਜ਼ਿਆਦਾ ਕੰਮ ਕੀਤਾ ਹੋਵੇ ਤਾਂ ਅਸੀਂ ਦੇਣਦਾਰ ਆ ਤੂੰ ਕੀਤਾ ਹੀ ਕੁਝ ਨਹੀਂ ਇਹਦਾ ਵੋਟਾਂ ਦੇ ਨੇੜੇ ਜਾ ਕੇ ਇੱਕ ਅਦਾ ਵਾਅਦਾ ਜਿ ਪੂਰਾ ਕਰਦੇ ਸੀ ਫਿਰ ਦੋ ਚਾਰ ਨਵੇਂ ਲਾਣਾ ਦੋ ਚਾਰ ਕਲੇ ਨਹੀਂ ਪੱਥਰ ਜਿਹੜੇ ਬਸ ਕਲੇ ਨਹੀਂ ਪੱਥਰੀ ਹੁੰਦੇ ਸੀ ਚਲ ਇਹਨਾਂ ਨੂੰ ਵੋਟਾਂ ਪੈ ਜਾਂਦੀ ਸੀ ਕੋਡ ਲੱਗ ਜਾਂਦਾ ਸੀ ਆ ਹੀ ਕੁਝ ਕਰਦੇ ਸੀ ਆਪਣੇ ਨਹੀਂ ਹੰਡਾਇਆ ਕੀਤਾ ਉਹ ਨਹੀਂ ਪੱਥਰ ਕੱਲਾ ਰੱਖਤਾ ਤੁਸੀਂ ਦੇਖੋ ਵੀ ਪ੍ਰਪੋਜ਼ਲ ਉਹਦੇ ਨਹੀਂ ਬਣੀ ਕੋਈ ਹਸਪੀਟਲ ਦੀ ਪੈਸੇ ਉਹਦੇ ਨਹੀਂ ਜਾ ਰਹੀ ਹੋਏ ਟੈਂਡਰ ਉਹਦਾ ਨਹੀਂ ਹੋਇਆ ਵਰਕ ਆਰਡਰ ਉਹਦਾ ਨਹੀਂ ਹੋਇਆ ਤੁਸੀਂ ਨਹੀਂ ਪੱਥਰ ਕੇ ਮੇਰਾ ਖਤਾ ਵਰਕ ਆਰਡਰ ਤੋਂ ਬਿਨਾ ਹਨਾ ਸਿਰਫ ਲੋਕਾਂ ਨੂੰ ਗਮਰਾਹ ਕਰਨ ਦੇ ਲਈ ਕੱਲੀ ਹਸਪੀਟਲ ਦੇ ਨਾਲ ਜਗਾ ਟ੍ਰਾਂਸਫਰ ਕਰਤੀ ਹੈ ਜੀ ਮਤਲਬ ਕਿ ਇਹੀ ਕੁਛ ਕੱਲਾ ਇੱਥੇ ਨਹੀਂ ਪੰਜਾਬ ਚ ਪਤਾ ਨਹੀਂ ਕਿੰਨੇ ਜਗ੍ਹਾ ਨੇ ਨਹੀਂ ਪੱਥਰ ਰੱਖੇ ਹੋਣਗੇ ਤੇ ਹਰ ਇੱਕ ਸਰਕਾਰ ਦੇ ਵਿੱਚ ਰੱਖਦੇ ਸੀ ਇਹ ਕੱਲੀ ਆਮ ਆਦਮੀ ਪਾਰਟੀ ਹੈ ਜਿਹਨੇ ਆਉਣ ਸਾਰ ਕੰਮ ਸ਼ੁਰੂ ਕੀਤਾ ਤੇ ਜਿਹਦੇ ਕਰਕੇ ਲੋਕ ਭਾਈ ਆਮ ਆਦਮੀ ਪਾਰਟੀ ਦਾ ਸਾਥ ਪੂਰੇ ਪੰਜਾਬ ਚ ਦੇ ਰਹੇ ਆ ਤੁਸੀਂ ਖੈਰ ਸਿੰਘ ਸਾਹਿਬ ਦਾ ਬਿਆਨ ਸੁਣਿਆ ਹੋਊਗਾ ਉਹਨਾਂ ਨੇ ਕਿਹਾ ਕਿ ਜਿਗਰੂ ਮੇਰੀ ਸਰਕਾਰ ਬਣ ਗਈ ਖੈਰੇ ਵੀ ਕਹਿੰਦੇ ਜਦੋਂ ਸਰਕਾਰ ਬਣ ਗਈ ਤਾਂ ਜਿਹੜਾ ਪਰਚਾ ਕਹਿੰਦੇ ਮੇਰੇ ਤੇ ਹੋਇਆ ਸੀ ਉਹ ਹੀ ਪਰਚਾ ਕਹਿੰਦੇ ਮੈਂ ਸੀਐਮ ਭਗਵੰਤ ਮਾਨ ਤੇ ਕਰਵਾਉਂਗਾ ਨਾ ਨਾ ਮੜ ਉਹ ਕਹਿੰਦੇ ਹੁੰਦੇ ਵੀ ਤੇਲ ਹੋਵੇ ਨਾ ਰਾਤਾ ਨੱਚੇ ਨਾ ਤੇਰੀ ਸਰਕਾਰ ਬਣੇ ਕਦੇ ਹਨਾ ਤੇ ਨਾ ਹੀ ਕਦੇ ਤੇਰਾ ਇਹ ਸੁਪਨਾ ਉਹ ਪੂਰਾ ਹੋਵੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਹੈ ਹਨਾ ਕਿਹੜੇ ਤਰੀਕੇ ਨਾਲ ਮੈਂ ਸੰਗਰੂਰਾਂ ਲੋਕਾਂ ਨੂੰ ਕਹਿ ਰਿਹਾ ਵੀ ਭਾਈ ਤੁਹਾਡਾ ਪੁੱਤ ਐਥੋਂ ਦੋ ਵਾਰੀ ਤੁਸੀਂ ਮਾਨ ਸਾਹਿਬ ਨੂੰ ਐਮਪੀ ਬਣਾਇਆ ਇਹ ਇਦਾਂ ਦਾ ਬੰਦਾ ਜਿਹੜਾ ਬਿਆਨਬਾਜ਼ੀ ਕਰ ਰਿਹਾ ਮੈਂ ਐਨਡੀਪੀਐਸ ਦਾ ਪਰਚਾ ਦਰਜ ਕਰੂੰ ਤਾਂ ਸੰਗਰੂਰ ਦੇ ਲੋਕ ਜਿਹੜੇ ਆ ਉਹ ਦੇਖਣਗੇ ਇਕ ਕਾਮਕਰ ਦਾ ਪੁੱਤ ਜੇ ਤਰੱਕੀ ਕਰ ਗਿਆ ਖਾਰਾ ਸਾਹਿਬ ਤੁਸੀਂ ਤਾਂ ਮੰਤਰੀ ਦੇ ਮੁੰਡੇ ਸੀ ਜੇ ਤੁਸੀਂ ਕਿਤੇ ਮਾਸਟਰ ਦੇ ਮੁੰਡੇ ਹੁੰਦੇ ਨਾ ਮੈਨੂੰ ਸਰਪੰਚੀ ਵੀ ਜਿੱਤ ਕੇ ਦਿਖਾ ਦਿੰਦੇ ਹਨਾ ਭਗਵੰਤ ਮਾਨ ਆਪਦੇ ਪੈਰੋਂ ਆਪਦੀ ਮਿਹਨਤ ਕਰਕੇ ਕੋਈ سپورਟ ਨਹੀਂ ਸੀ ਇੱਥੋਂ ਤੱਕ ਜਿਹੜਾ ਮੁਕਾਮ ਹੈ ਉਹ ਹਾਸਲ ਕੀਤਾ ਮਾਨ ਸਾਹਿਬ ਨੇ ਕੀ ਮਾੜਾ ਕਰਤਾ ਵੀ ਤੂੰ ਐਨਡੀਪੀਐਸ ਧਾਰਾ ਕੀ ਹੁੰਦੀ ਹੈ ਵੀ ਪਾਈ ਜੀ ਦੇ ਕੋਲੋਂ ਕੋਈ ਨਸ਼ਾ ਫੜਿਆ ਜਾਵੇ ਕਿ ਨਾਲ ਕੋਈ ਸੰਬੰਧ ਹੋਣ ਅੱਜ ਹੋਰ ਕੋਈ ਅਲੀਗੇਸ਼ਨ ਚਲੋ ਠੀਕ ਹੈ ਸਿਆਸੀ ਪਾਰਟੀਆਂ ਇੱਕ ਦੂਜੇ ਤੇ ਲਾਉਂਦੀਆਂ ਨੇ ਕਦੇ ਵਿਰੋਧੀ ਪਾਰਟੀ ਨੇ ਵੀ ਕਦੇ ਕੋਈ ਕਰਾਪਸ਼ਨ ਦਾ ਅਲੀਗੇਸ਼ਨ ਮਾਨ ਸਾਹਿਬ ਤੇ ਲਾਇਆ ਕਦੇ ਆਪਾਂ ਆਪ ਲੋਕਾਂ ਚ ਰਹਿੰਦੇ ਆ ਚਰਚਾ ਹੁੰਦੀ ਹੈ ਕਦੇ ਕਿਸੇ ਨੇ ਕਿਹਾ ਵੀ ਭਗਵੰਤ ਮਾਨ ਜੀ ਨੇ ਕਦੇ ਕਰਾਪਸ਼ਨ ਜਿਹੜੀ ਉਹ ਕੀਤੀ ਹੈ ਸੋ ਜੇ ਇਦਾਂ ਦੀ ਬਿਆਨਬਾਜ਼ੀ ਕਰਦਾ ਤਾਂ ਲੋਕ ਭਾਈ ਹਿਸਾਬ ਲਾਉਂਦੇ ਆ ਵੀ ਕੀ ਸੋਚ ਵਾਲਾ ਇਹ ਬੰਦਾ ਹੈਗਾ ਹਨਾ ਕੀ ਇਹਦੀ ਮਾਨਸਿਕਤਾ ਹੈਗੀ ਤੇ ਇਹਦਾ ਇਦਾਂ ਦੇ ਲੋਕਾਂ ਨੂੰ ਤਾਂ ਸੰਗਰੂਰੀ ਆਪਣੇ ਵੈਸੇ ਹੀ ਪਸੰਦ ਨਹੀਂ ਕਰਦੇ ਯਾਰ ਜਿਹੜਾ ਐਡਾ ਹੋਸ਼ਾ ਹੋਵੇ ਇਹ ਜਿਹੜੀਆਂ ਗੱਲਾਂ ਕਰੇ ਤੇ ਕੋਈ ਨਹੀਂ ਲੋਕ ਇਹਨੂੰ ਦੱਸਣਗੇ ਕਿ ਜੂਨ ਨੂੰ ਕੀ ਬੰਦ ਆਖਰੀ ਸਵਾਲ ਹੈ ਜੀ 2014 ਦੇ ਵਿੱਚ ਇੱਕ ਹਨੇਰੀ ਚੁੱਲੀ ਸੀ 2 ਲੱਖ 22000 ਦੀ ਲਗਭਗ ਲੇਡ ਸੀ ਫਿਰ 1 ਲੱਖ 10000 ਦੀ ਰਹੀ ਆ ਤੇ 19 19 ਚ 110000 ਦੀ ਸੀ ਐਦ ਕਿ ਕੀ ਲੱਗਦਾ ਤੁਹਾਨੂੰ ਕਿੰਨੇ ਲੀਡ ਮੈਂ ਦਿੱਤਰਾਂ ਮੈਂ ਵੀ ਮਾਨ ਸਾਹਿਬ ਦਾ ਰਿਕਾਰਡ ਤੋੜਾਂਗੇ ਜੀ ਮੈਂ ਤਾਂ ਮਾਨ ਸਾਹਿਬ ਸਾਹਿਬ ਵੀ ਕਹਿ ਰਿਹਾ ਕਿ ਮੈਨੂੰ ਖੁਸ਼ੀ ਹੋ ਜੇ ਕੋਈ ਵੀ ਮੇਰਾ ਆਪਦੀ ਪਾਰਟੀ ਦਾ ਬੰਦਾ ਰਿਕਾਰਡ ਤੋੜ ਉਹਨਾਂ ਨੂੰ ਖੁਸ਼ ਕਰਾਂਗੇ ਉਹਨਾਂ ਨੂੰ ਕਹਿ ਆਦਨ ਸਟੇਜ ਤੋਂ ਵੀ ਮਾਨ ਸਾਹਿਬ ਤੁਹਾਡਾ ਰਿਕਾਰਡ ਹੈ ਜਿਹੜਾ ਉਹ ਤੋੜਾਂਗੇ ਤੋੜਦੇ ਨਹੀਂ ਮਤਲਬ ਕਿ ਉਹਨਾਂ ਦੇ ਰਿਕਾਰਡ ਹੈ ਇਹ ਵੀ ਉਹਨਾਂ ਦੇ ਬੰਨਾ ਇੰਪਰੂਵ ਹੈ ਜਿਹੜਾ ਇਹ ਰਿਕਾਰਡ ਇਹ ਕਰਾਂਗੇ 100% ਜੀ ਬਹੁਤ ਧੰਨਵਾਦ ਜੀ ਧੰਨਵਾਦ ਇਸਨ ਗਰਮੀਤ ਸਿੰਘ ਮੀਤ ਹੇਅਰ ਲੋਕ ਸਭਾ ਹਲਕਾ ਸੰਗ ਚੋਣ ਲੜ ਰਹੇ ਨੇ ਸੰਗਰੂਰ ਬਾਰੇ ਕਿਹਾ ਜਾਂਦਾ ਕਿ ਸੰਗਰੂਰ ਇੱਕ ਅਜਿਹਾ ਇਲਾਕਾ ਜਿੱਥੇ ਹਮੇਸ਼ਾ ਨਵੇਂ ਬੰਦੇ ਨੂੰ ਮੌਕਾ ਦਿੰਦੇ ਰਹੇ ਆ ਤੀਜਾ ਸਿੰਘ ਸੰਤੰਤਰ ਦੀ ਗੱਲ ਹੋਵੇ ਚਾਹੇ ਰਾਜਦੇਵ ਸਿੰਘ ਖਾਲਸਾ ਦੀ ਗੱਲ ਹੋਵੇ ਚਾਹੇ ਬਲਵੰਤ ਸਿੰਘ ਰਾਮੂ ਵਾਲੀ ਦੀ ਗੱਲ ਹੋਵੇ ਚਾਹੇ ਭਗਵੰਤ ਮਾਨ ਦੀ ਗੱਲ ਹੋਵੇ ਹਮੇਸ਼ਾ ਨਵੇਂ ਬੰਦੇ ਨੂੰ ਮੌਕਾ ਦਿੰਦੇ ਰਹੇ ਆ ਤੇ ਦੇਖਣਾ ਹੋਊਗਾ ਕਿ ਐਤਕੀ ਸੰਗਰੂਰ ਦੇ ਲੋਕ ਕਿਹਨੂੰ ਮੈਂਬਰ ਆਫ ਪਾਰਲੀਮੈਂਟ ਇੱਥੋਂ ਚੁਣ ਕੇ ਭੇਜਦੇ ਆ ਤੇ ਹਰ ਇੱਕ ਪਾਰਟੀ ਆਪੋ ਆਪਣਾ ਜੋਰ ਲਾ ਰਹੀ ਆ ਪਰ ਫੈਸਲਾ ਸੰਗਰੂਰ ਦੇ ਲੋਕਾਂ ਨੇ ਕਰਨਾ ਕਿ ਕੌਣ ਇੱਥੋਂ ਐਮਪੀ ਬਣੂਗਾ ਕੈਮਰਾ